ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਸੇਵਾ ਜਿਹੜੀ ਇਹ ਇੱਥੇ ਵੰਡੀ ਜਾ ਰਹੀ ਹੈ ਜਿਵੇਂ ਜਿਵੇਂ ਕਿਸੇ ਨੂੰ ਲੋੜ ਸੀਗੀ ਆ ਦੇਖੋ ਸੇਵਾਦਾਰ ਲੈ ਕੇ ਜਾ ਰਹੇ ਆ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਬਾਈ ਇਸ ਟਾਈਮ ਨਾ ਆਪਾਂ ਸੰਗਰੂਰ ਰੋਡ 'ਤੇ ਖੜ੍ਹੇ ਹਾਂ ਬਰਨਾਲੇ ਦੇ ਵਿੱਚ, ਅਤੇ ਆਪਣੇ ਨਾਲ ਹੋਣਗੇ ਆ ਸਰਦਾਰ ਹੈਂਡਲੂਮ ਵਾਲੇ ਅਤੇ ਬਾਕੀ ਨਾ ਇਹ ਸਾਰੇ ਮਿੱਤਰ ਹਨ ਬਾਈ ਕੇਵਲ ਹਰੀਗੜ੍ਹ ਅਰਗੇ, ਅਤੇ ਆਪਾਂ ਗੱਲਬਾਤ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਕੀ ਹਾਲ ਚਾਲ ਹੈ ਸਾਰਿਆਂ ਦਾ? ਵਧੀਆ ਜੀ। ਤੇ ਕੀ ਆਪਣਾ ਦੱਸੋ ਜੀ, ਆਪਣਾ ਐਡਰੈਸ ਪਹਿਲਾਂ ਤਾਂ ਬੋਲ ਦਿਓ ਵੀ ਕਿਹੜੀ ਸ਼ੋਪ ਆਪਣੀ ਕੀ ਹੈ ਨਾ? ਆਪਾਂ ਤਾਂ ਬਰਨਾਲੇ ਤੋਂ ਜੀ, ਸਰਦਾਰ ਹੈਂਡਲੂਮ ਤੋਂ। ਹਾਂਜੀ ਹਾਂਜੀ। ਆਪਾਂ ਖਨੌਰੀ ਬਾਰਡਰ ਅੱਗੇ ਵੀ ਧਰਨੇ ਤੇ ਗਏ ਸੀ ਜੀ। ਜੀ। ਦੁਬਾਰਾ ਚੱਲ ਰਹੇ ਹਾਂ ਜੀ ਸਮਾਨ ਨਾਲ ਲੈ ਕੇ, ਕੋਈ ਉੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆ ਜੀ, ਅਸੀਂ ਸਾਰੇ ਮਤਲਬ ਦੁਕਾਨ ਦੀ ਟੀਮ ਅਸੀਂ ਉੱਥੇ ਪਹੁੰਚ ਰਹੇ ਹਾਂ ਜੀ। ਓਕੇ। ਹਾਂਜੀ। ਆਹ ਸਾਰੀ ਟੀਮ ਆ ਜੀ ਦੁਕਾਨ ਦੀ ਇਹਨਾਂ ਦੀ, ਅਤੇ ਬਾਕੀ ਉਹ ਜਿਵੇਂ ਉਹ ਖੜ੍ਹੀ ਆ ਨਾ, ਹੁੰਡੀ ਖੜ੍ਹੀ ਆ, ਬਾਕੀ ਗੱਡੀ ਖੜ੍ਹੀ ਆ, ਉਹਦੇ ਵਿੱਚ ਸਾਰਾ ਸਮਾਨ ਹੋਊਗਾ ਨਾ? ਹਾਂਜੀ ਹਾਂਜੀ। ਜਿਵੇਂ ਕੀ ਹੋਊਗਾ ਜੀ? ਉਹਦੇ ਵਿੱਚ ਕਿੱਦਾਂ ਗੱਦੇ ਲੈ ਕੇ ਚੱਲੇ ਹਾਂ ਜੀ ਆਪਾਂ? ਠੀਕ ਹੈ ਜੀ। ਇੱਕ ਕੈਂਪਰ ਹੈ ਜੀ, ਕੈਂਪਰ ਨਾਲ ਪਾਣੀ ਵਾਲੇ ਗਲਾਸ ਹੋ ਗਏ ਜੀ, ਜੀ ਹੋਰ ਨੈਕਸਟ ਹੋਰ ਕਈ ਚੀਜ਼ਾਂ ਨੇ ਜੀ। ਹਾਂਜੀ ਹਾਂ। ਜਿਹੜੀ ਚੀਜ਼ ਦੀ ਉੱਥੇ ਜ਼ਰੂਰਤ ਆ, ਅਸੀਂ ਪਿਛਲੇ ਵਾਰ ਜਾ ਕੇ ਆਏ ਸੀ ਜੀ, ਜਿਹੜੀ ਚੀਜ਼ ਦੀ ਆਪਾਂ ਨੂੰ ਉੱਥੇ ਜ਼ਰੂਰਤ ਆ, ਅਸੀਂ ਉਹ ਚੀਜ਼ਾਂ ਲੈ ਕੇ ਚੱਲੇ ਹਾਂ। ਲਓ ਜੀ, ਵੀ ਇੱਕ ਭਲੇ ਦਾ ਕੰਮ ਹੈ ਜੀ। ਬਾਕੀ ਜਿਹੜੀ ਚੀਜ਼ ਪਹਿਲਾਂ ਦੇਖ ਕੇ ਆਇਆ ਵੀ ਕਿਹੜੀ ਕਿਹੜੀ ਚੀਜ਼ ਦੀ ਉੱਥੇ ਘਾਟ ਆ ਨਾ ਜੀ, ਹਾਂਜੀ, ਜੋ ਚੀਜ਼ਾਂ ਇਹ ਆਪਦੇ ਵੱਲੋਂ ਲੈ ਕੇ ਚੱਲੇ ਆ, ਸੋ ਹੁਣ ਸ਼ੇਅਰ ਕਰ ਦਿਓ ਜੀ, ਤੁਹਾਨੂੰ ਦਿਖਾਉਣੇ ਆ ਉੱਥੇ ਜਾ ਕੇ ਵੀ ਪ੍ਰੋਗਰਾਮ ਕੀ ਬਣਦਾ, ਅਤੇ ਸਾਰਾ ਤੁਹਾਨੂੰ ਦਿਖਾਵਾਂਗੇ। ਧੰਨਵਾਦ ਜੀ, ਮਿਹਰਬਾਨੀ। ਬਾਈ ਇਸ ਟਾਈਮ ਨਾ ਆਪਾਂ ਖਨੌਰੀ ਬਾਰਡਰ 'ਤੇ ਖੜ੍ਹੇ ਹਾਂ ਜੀ, ਅਤੇ ਇਹ ਸਮਾਨ ਆ ਚੁੱਕਿਆ। ਜਿਹੜਾ ਸਮਾਨ ਲਿਆਂਦਾ ਮੈਂ ਤੁਹਾਨੂੰ ਦਿਖਾਉਣਾ ਵੀ ਕੀ ਹੈ ਜਿਹੜਾ ਇੱਥੇ ਆਪਾਂ ਲੈ ਕੇ ਆਏ ਹਾਂ ਜੀ। ਬਾਕੀ ਆ ਬਾਈ ਹੋਰੀ ਖੜ੍ਹੇ ਆ ਸਾਰੇ, ਹੈ ਨਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਿਆਂਦਾ ਫਿਰ ਸਮਾਨ ਹੈ? ਹਾਂਜੀ ਹਾਂਜੀ। ਅਤੇ ਇਹ ਕੀ ਸਮਾਨ ਇੱਕ ਵਾਰ ਦੱਸ ਵੀ ਦਿਓ? ਸਮਾਨ ਆਪਣੇ ਇੱਕ ਤਾਂ ਕੈਂਪਰ ਹੈ ਜੀ, ਸਾਰੀਆਂ ਟਰਾਲੀਆਂ 'ਚ ਦੇਣੇ ਨੇ। ਠੀਕ ਹੈ ਜੀ। ਇੱਕ ਗੱਦੇ ਆ ਜੀ ਆਪਣੇ ਕੋਲ। ਓਕੇ। ਹਾਂਜੀ, ਬਾਕੀ ਡਿਸਪੋਜਲ ਗਲਾਸ ਨੇ ਜਿਵੇਂ ਜਿਹਦੀ ਲੋੜ ਹੋਊਗੀ। ਹਾਂ, ਜਿਹਨੂੰ ਜ਼ਰੂਰਤ ਆ ਦੇਈ ਚੱਲਾਂਗੇ। ਓਕੇ ਜੀ, ਓਕੇ ਓਕੇ। ਲਓ ਜੀ, ਇੱਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ, ਇੱਧਰੋਂ ਚੱਕਿਆ ਜਾਊਗਾ ਅਤੇ ਆਹ ਭੁੰਡੀ ਦੇ ਵਿੱਚ ਲਿਆਂਦਾ ਨਾ, ਜਿੰਨਾ ਕੁ ਸਰਦਾ ਸੀ ਛੋਟੇ ਹਾਥੀ ਦੇ ਵਿੱਚ ਲਿਆਂਦਾ। ਆ ਲਾਇਓ ਜੀ ਮਾੜਾ ਜਿਹਾ ਤੱਪੜ ਜਿਹਾ, ਦਿਖਾ ਦਈਏ ਫਿਰ ਆਪਾਂ ਬੰਦਿਆਂ ਨੂੰ। ਆ ਬਈ ਗੱਦਿਆਂ ਦੀ ਲੋੜ ਹੁੰਦੀ ਹੈ ਨਾ ਕਈ ਵਾਰੀ ਬੈਠਣ ਕਾਰਨ ਨੂੰ, ਗੱਦੇ ਲਿਆਂਦੇ ਆ, ਤੇ ਇੱਧਰ ਬਿਸਕੁਟ ਵਗੈਰਾ ਹੋ ਗਏ ਨਾ, ਲਾਓ ਪੁੱਤ ਗੁਰਪ੍ਰੀਤ ਹੋਇਆ ਨੇੜੇ ਉੱਥੇ ਲਾ ਲਓ ਵਗੈਰਾ ਪਏ ਆ ਜੀ, ਹੋਰ ਕਾਫੀ ਚੀਜ਼ਾਂ। ਆ ਕੈਂਪਰੀ ਆ ਗਏ ਸਾਰੇ, ਇਹ ਚ ਕੀ ਆ ਜੀ? ਗਲਾਸ ਆ, ਡਿਸਪੋਜ਼ਲ ਗਲਾਸ ਆ। ਲਓ ਜੀ, ਬਾਕੀ ਇੱਧਰਲੇ ਪਾਸੇ ਖਾਣ ਪੀਣ ਵਾਲਾ ਸਮਾਨ ਹੋ ਗਿਆ ਨਾ। ਲਓ ਜੀ, ਅੱਗੇ ਦਿਖਾਉਣੇ ਆ ਆਪਾਂ ਤੁਹਾਨੂੰ, ਬਣਦੇ ਆ ਫਿਰ ਇੱਥੇ ਆਪਾਂ। ਲਓ ਜੀ, ਲਓ ਜੀ ਆਹ ਸਮਾਨ ਲੈ ਕੇ ਆਇਆ ਸਰਦਾਰ ਹੈਂਡਲੂਮ ਵਾਲੇ, ਤੁਹਾਨੂੰ ਮਿਲਾਉਣੇ ਵੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਆ, ਤੁਸੀਂ ਕਿਵੇਂ ਕੀਤਾ ਵੀ ਸੇਵਾ ਕਰੀਏ ਕਿਸਾਨਾਂ ਵਾਸਤੇ? ਸੇਵਾ ਕਿਸਾਨਾਂ ਕਰਕੇ ਸਾਰਾ ਕੰਮ ਕਾਰ ਚੱਲਦਾ ਜੀ। ਜੀ, ਇਹਨਾਂ ਨਾਲ ਹੀ ਖੜਨਾ ਸਾਡਾ ਬਣਦਾ। ਸਾਰੇ ਵਪਾਰੀਆਂ ਨੂੰ ਇਹੀ ਬੇਨਤੀ ਆ ਵੀ ਇਹਨਾਂ ਨਾਲ ਜ਼ਰੂਰ ਖੜੋ, ਜਿਵੇਂ ਸਿੱਧੇ ਸਿੱਧੇ ਢੰਗ ਨਾਲ ਇਹਨਾਂ ਦੀ ਵੱਧ ਤੋਂ ਵੱਧ ਜ਼ਰੂਰ ਮਦਦ ਕਰੋ ਜਿਵੇਂ ਕੋਈ ਕਰ ਸਕਦਾ। ਜੇ ਕਿਸੇ ਤੋਂ ਨਹੀਂ ਆਇਆ ਜਾਂਦਾ, ਉੱਥੇ ਬਹਿ ਕੇ ਵੀ ਜਿਵੇਂ ਮਰਜ਼ੀ ਇਹਨਾਂ ਦੀ ਹੈਲਪ ਕਰੋ ਜੀ, ਕਿਉਂਕਿ ਕੇਂਦਰ ਸਰਕਾਰ ਇਹਨਾਂ ਨਾਲ ਧੱਕਾ ਕਰ ਰਹੀ ਆ। ਹਾਂਜੀ, ਘਰ ਬਾਰ ਛੱਡ ਕੇ ਵਿਚਾਰੇ ਇੱਥੇ ਬੈਠੇ ਨੇ ਜੀ। ਜੀ ਜੀ। ਸਰਕਾਰ ਨੂੰ ਵੀ ਚਾਹੀਦਾ ਵੀ ਬਿਨਾਂ ਸ਼ਰਤ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਘਰੇ ਭੇਜਿਆ ਜਾਵੇ। ਵਾਹ, ਸਹੀ ਗੱਲ ਹੈ। ਬਾਕੀ ਇੱਧਰਲੇ ਪਾਸੇ ਸਮਾਨ ਦਿਖਾ ਦਿੰਦੇ ਜੀ, ਵਾਟਰ ਕੂਲਰ ਹਨ, ਬਾਕੀ ਗੱਦੇ ਵਗੈਰਾ ਹੈਗੇ ਆ, ਆਹ ਵਾਟਰ ਕੂਲਰ ਛੋਟੇ ਆ ਗਏ, ਬਾਕੀ ਆਹ ਗਲਾਸ ਵਗੈਰਾ ਆ ਗਏ, ਅਤੇ ਖਾਣ ਪੀਣ ਵਾਲਾ ਸਮਾਨ, ਡਿਸਪੋਜ਼ਲ ਗਲਾਸ ਵੀ ਆ। ਹਾਂਜੀ, ਲਓ ਜੀ ਜਿੰਨੀ ਕੁ ਸਮਾਨ ਦੀ ਲੋੜ ਆ ਇੱਥੇ ਬਾਕੀ ਨਾ, ਅਤੇ ਹੋਰ ਵੀ ਆਪਾਂ ਤਾਂ ਕਹਿੰਦੇ ਹਾਂ ਵੀ ਜਿੰਨਾ ਕਿ ਇਹਨਾਂ ਨੇ ਲਿਆਂਦਾ, ਚਲੋ ਇਹਨਾਂ ਦੀ ਹੈ ਨਾ ਸ਼ਰਧਾ ਸੀਗੀ, ਬਾਕੀ ਜਿੰਨੇ ਵੀ ਹੋਰ ਦੁਕਾਨਦਾਰ ਆ ਕੋਈ ਵੀ ਹੋਰ ਚੀਜ਼ ਦੀ ਲੋੜ ਪੈਂਦੀ ਆ ਜ਼ਰੂਰ ਪਹੁੰਚੋ ਨਾ ਜੀ ਇੱਥੇ ਲੈ ਕੇ ਸਮਾਨ ਤੁਸੀਂ, ਅਤੇ ਬਾਕੀ ਸ਼ੇਅਰ ਕਰੋ ਦੱਬ ਕੇ ਵੀਡੀਓ ਨੂੰ, ਅਤੇ ਬਾਕੀ ਮੈਂ ਤਾਂ ਇਹੀ ਕਹਿੰਦਾ ਵੀ ਹੋਰ ਵੀ ਬੰਦੇ ਜਿੰਨੇ ਹੋਰ ਕਿੱਥੇ ਨਾਲ ਸੰਬੰਧਿਤ ਰੱਖਦੇ, ਜਿਹੜੀ ਵੀ ਚੀਜ਼ ਦੀ ਲੋੜ ਆ ਇੱਥੇ ਪਹਿਲਾਂ ਪਤਾ ਕਰ ਜਾਓ ਵੀ ਕਿਹੜੀ ਚੀਜ਼ ਦੀ ਲੋੜ ਆ, ਅਤੇ ਉਹ ਇੱਥੇ ਆ ਕੇ ਤੁਸੀਂ ਲਿਆ ਸਕਦੇ ਹੋ ਜੀ ਹੈ ਨਾ। ਅਤੇ ਆਪਣਾ ਸ਼ੋਰੂਮ ਹੈ ਕਿਹੜੇ ਕਿੱਥੇ ਜੀ? ਬਰਨਾਲੇ ਆ ਜੀ। ਬਰਨਾਲੇ ਬੈੱਡ ਵਗੈਰਾ ਮਿਲ ਜਾਂਦੇ ਜੀ, ਸਾਰਾ ਕੋਈ ਫਰਨੀਚਰ ਵਗੈਰਾ ਤੁਸੀਂ ਲੈਣਾ ਉਹ ਵੀ ਤੁਸੀਂ ਇਹਨਾਂ ਕੋਲ ਪਹੁੰਚ ਸਕਦੇ ਹੋ। ਬਾਕੀ ਆਹ ਸਮਾਨ ਇੱਥੇ ਵੰਡ ਦਿੰਦੇ ਹਾਂ ਜੀ ਜਿਨ੍ਹਾਂ ਨੂੰ ਜਿਹਨੂੰ ਵੀ ਲੋੜ ਹੋਊਗੀ, ਅਤੇ ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਲਓ ਜੀ, ਦੇਖ ਸਕਦੇ ਹੋ ਤੁਸੀਂ ਇਹ ਸੇਵਾ ਜਿਹੜੀ ਇਹ ਇੱਥੇ ਵੰਡੀ ਜਾ ਰਹੀ ਹੈ ਜਿਵੇਂ ਜਿਵੇਂ ਕਿਸੇ ਨੂੰ ਲੋੜ ਸੀਗੀ, ਆ ਦੇਖੋ ਸੇਵਾਦਾਰ ਲੈ ਕੇ ਜਾ ਰਹੇ ਆ ਜੀ।
ਆਪਣੇ ਲੰਗਰਾਂ ਦੇ ਵਿੱਚ ਚਾਹੇ ਹੈ ਨਾ। ਸੋ ਬਹੁਤ ਵਧੀਆ ਆਪਾਂ ਨੂੰ ਇਹਨਾਂ ਦੀ ਸੇਵਾ ਲੱਗੀ ਆ ਬਾਈ। ਆਹ ਕੈਂਪਰ ਦੇਖ ਸਕਦੇ ਤੁਸੀਂ ਲਿਆ ਰਹੇ ਆ, ਲਓ ਜੀ ਲਓ ਜੀ। ਇਹ ਬਹੁਤ ਵੱਡੀ ਸੇਵਾ ਕਹਿ ਲਓ ਜੀ, ਦੇਖ ਸਕਦੇ ਹੋ ਤੁਸੀਂ ਜਿਵੇਂ ਇੱਥੇ ਜਿਹੜੀ ਚੀਜ਼ ਦੀ ਲੋੜ ਆ ਨਾ ਤਾਂ ਉਸ ਹਿਸਾਬ ਨਾਲ ਇਹ ਵੰਡ ਰਹੇ ਆ। ਬਾਕੀ ਆ ਗਲਾਸ ਵੀ ਡਿਸਪੋਜ਼ਲ ਪਏ ਆ, ਜਿਵੇਂ ਡਿਸਪੋਜ਼ਲ ਦਾ ਪਾਣੀ ਪੀਣ ਲਈ, ਲੱਸੀ ਲੁੱਸੀ ਪੀਣ ਲਈ, ਲੱਸੀ ਦਾ ਇੱਥੇ ਖੁੱਲ੍ਹਾ ਪੀਣ ਲਈ ਲੰਗਰ ਹੈਗਾ ਜੀ, ਆਹ ਦੇਖ ਸਕਦੇ ਹੋ ਤੁਸੀਂ। ਅਤੇ ਇੱਧਰਲੇ ਪਾਸੇ ਇਹਦੇ ਵਿੱਚ ਵੀ ਡਿਸਪੋਜ਼ਲਾਂ ਦੇ ਨਾਲ ਭਰਿਆ ਪਿਆ ਜੀ ਸਾਰਾ। ਇੱਧਰਲੇ ਪਾਸੇ ਬਾਈ ਆਹ ਸਮਾਨ ਪਿਆ ਹੋਰ, ਗੜਬੀਆਂ ਵਗੈਰਾ, ਗਲਾਸ ਵਗੈਰਾ ਸਟੀਲ ਦੇ। ਲਓ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹਨਾਂ ਨੇ ਸੇਵਾ ਕੀਤੀ, ਕਿਸਾਨਾਂ ਬਾਰੇ ਸੋਚਿਆ। ਲਓ ਜੀ।